ਮੈਂ ਆਪ ਜਿਵੇਂ ਮਿੰਬਰ ਤੇ ਆਇਆ ਮੈਂ ਛੋੜ ਦੇਣਾ, ਤਵਜੋ ਕਰ ਲਓ ਹਜ਼ਰਤ, ਤਵਜੋ ਹਾਂ ਸਰਕਾਰ ਦੀਆਂ ਮਦ ਆਮਦ ਹੈ ਘਰ ਬਾਰ ਸਜਾਏ ਜਾਣੇ, ਜਿਨ੍ਹਾਂ ਜਿਨ੍ਹਾਂ ਘਰ ਸਜਾਣਾ ਜ਼ਰਾ ਉਹ ਤੇ ਹੱਥ ਉੱਚਾ ਕਰਕੇ ਆਖੋ ਸਰਕਾਰ ਦੀਆਂ ਮਦ ਆਮਦ ਹੈ ਘਰ ਬਾਰ ਸਜਾਏ ਜਾਣੇ, ਲਬ ਲਬ ਕੇ ਦੁਖੀਆਂ ਲੋਕਾਂ ਨੂੰ ਹੁਣ ਸੁਖ ਵਰਤਾਏ, ਲਬ ਲਬ ਕੇ ਦੁਖੀਆਂ ਲੋਕਾਂ ਨੂੰ ਹੁਣ ਸੁਖ ਵਰਤਾਏ, ਰੱਬ ਸੋਚਿਆ ਪਹਿਚਾਣ ਕਰੇਦਾ, ਭਾਈ 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 ਹਜ਼ਰਤ ਭਾਈ, ਮੈਨੂੰ ਅਰਮਾਨ ਨਾ ਲੱਗੇ ਕਿ ਮੈਂ ਇੱਕ ਸ਼ੇਰ ਹੀ ਨਾ ਹੀ ਪੜਨਾ, ਇਹ ਸ਼ੇਰ ਬਹੁਤ ਬੜਾ ਕਮਾਲ ਸ਼ੇਰ ਹੈ, ਗੱਲ ਸੁਣੋ, ਮੈਂ ਰਾਜ ਦੀ ਗੱਲ ਕਰ ਰਿਹਾ, ਰੱਬ ਸੋਚਿਆ ਯਾਰ ਬਣਦਾ ਆਪਣੀ ਪਹਿਚਾਣ ਕਰੇਦਾ, ਸਰਕਾਰ ਦੀ ਸੂਰਤ ਵਿੱਚ ਰੱਬ ਦੇ ਕੁਝ ਰੂਪ ਵਿਖਾਏ ਜਾਣੇ, ਸਰਕਾਰ ਬੜੀ ਮਿਹਰਬਾਨੀ, ਸਰਕਾਰ ਦੀ ਸੂਰਤ ਗਾਰਿਆ, ਸ਼ੇਰ ਤੇ ਬਾਬਾ ਜੀ ਪਿਛਲੇ ਵਾਸਤੇ ਤੁਸੀਂ ਦੁਆ ਕਰਿਆ, ਬਜ਼ੁਰਗ ਹੋ ਫਰੰਟ ਸੀਟ ਤੇ ਹੋ, ਇਹਨਾਂ ਵਾਸਤੇ ਦੁਆ ਕਰਿਆ ਕਿ ਬਖਤਾਂ ਲਏ ਹੋ ਜਾਣ, ਮਜ਼ੀਦ ਉੱਚੇ ਬਖਤਾਂ ਲਏ ਹੋ ਜਾਣ, ਦੋ ਮਾਵਾਂ ਦਾ ਜ਼ਿਕਰ ਪਿਆ ਕਰਨਾ ਤੇ ਦੋਵੇਂ ਹੱਥ ਉੱਚੇ ਹੋਣੇ ਚਾਹੀਦੇ ਨੇ, ਘਰ ਆਇਆ ਮਾਈ ਦੇ ਜਗ ਲੇਖ ਹਲੀਮਾ ਕੱਚੀ ਕੁੱਲੀ ਦੇ ਵਿੱਚ ਅੱਲਾ ਦੇ, ਕੱਚੀ ਕੁੱਲੀ ਦੇ ਵਿੱਚ ਅੱਲਾ ਦੇ ਮਹਿਬੂਬ ਟੁਰਾਏ ਜਾਣੇ, ਕੱਚੀ ਕੁੱਲੀ ਦੇ ਵਿੱਚ ਅੱਲਾ, ਕਈ ਆਪਣਾ ਆਖਰੀ ਸ਼ੇਰ ਹੈ, ਕਈ ਆਪਣਾ ਤਲ ਮਲ ਵਾਰਨਗੇ, ਕਈ ਐਵੇਂ ਉਮਰ ਗੁਜ਼ਾਰਨਗੇ, ਕਈਆਂ ਮੁਖੜਾ ਤੱਕਣਾ ਹੈ ਰੱਜ ਰੱਜ ਕੇ, ਤੇ ਕਈ ਕਈ ਤਰਸਾਏ, ਸਰਕਾਰ ਦੀ ਆਮਦ, ਇਹ ਮੰਜ਼ਰ ਵੇਖੋ ਨਾ ਜਿਹੜਾ ਆਮਦ ਆਮਦ ਹੈ, ਹਾਂਜੀ ਹਾਂਜੀ, ਇੱਕ ਸਰਕਾਰ ਦਾ ਗੁਲਾਮ ਆ ਰਿਹਾ, ਠੀਕ ਹੈ ਠੀਕ ਹੈ,
ਆਪਣੀ ਉੱਚੀ ਬਾਰਗਾਹ ਕਬੂਲ ਫਰਮਾਵੇ। ਅਸੀਂ ਦਿਲ ਦੀ ਅਥਾਹ ਗਰਾਈਆਂ ਤੁਜੀ ਆਇਨ ਕਹਿਣਾ, ਆਪ ਦੀ ਆਮਦ ਨਾਲ ਹਜ਼ੂਰ ਦੇ ਗੁਲਾਮਾਂ ਦਾ ਸਿਰ ਉੱਚਾ ਹੋਇਆ। ਉੱਚੀ ਸੁਭਾਨ ਅੱਲਾਹ। ਉੱਚੀ ਸੁਭਾਨ ਅੱਲਾਹ। ਜੀ ਭਾਈ, ਜੀ ਭਾਈ, ਮਿਹਰਬਾਨੀ ਭਾਈ। ਗੁਲਾਮ ਵੇਖੋ ਨਾ, ਮੈਨੂੰ ਨਹੀਂ ਸੀ ਪਤਾ ਕਿ ਮੈਂ ਕਿਹਾ ਸਰਕਾਰ ਦੇ ਗੁਲਾਮ ਹੈ ਤੇ ਗੁਲਾਮ ਸ਼ਬੀਰ ਆਇਆ ਤੇ ਵੇਖੋ ਨਾ ਆਮਦ ਕੈਸੀ ਸੋਹਣੀ। ਬੱਚੇ ਬੜੇ ਅੱਛੇ ਹੈ, ਯਹੀ ਚਿਰਾਗ ਜਲੇਂਗੇ ਤੋ ਰੋਸ਼ਨੀ ਹੋਗੀ। ਬੱਚੋ ਆਓ, ਖੂਬਸੂਰਤ ਕਲਾਮ ਹੈ, ਆਪਣੇ ਹੱਥ ਉਠਾਨਾ ਹੈ, ਝੰਡਾ ਲਹਿਰਾਨਾ ਹੈ, ਠੀਕ ਹੈ, ਔਰ ਯੇ ਸਭ ਦੋਸਤੋਂ ਕੋ ਸਾਥ ਮਿਲਾਨਾ ਹੈ, ਔਰ ਕਿਆ ਕਹਿਣਾ ਹੈ, ਸਰਕਾਰ ਦੀ ਆਮਦ ਜਿਹਨੂੰ ਖੁਸ਼ੀ ਹੈ ਜ਼ਰਾ ਹੱਥ ਉਠਾ ਕੇ, ਆਮਦ ਘਰ ਬਾਰ ਸਜਾ। ਸ਼ੇਰ ਫਿਰ ਸੁਣੋ, ਸੁਣੋ ਸ਼ੇਰ, ਫਿਰ ਸੁਣੋ, ਸ਼ੇਰ, ਫਿਰ ਸੁਣੋ, ਫਿਰ ਸੁਣੋ। ਨਾਮ ਤੇ ਨਹੀਂ ਯਾਦ, ਬਜ਼ੁਰਗਾਂ ਦੀ ਗੱਲ ਸੁਣੀ ਕਿ ਇੱਕ ਮੁਰੀਦ ਉਹਨਾਂ ਦੇ ਕੋਲ ਬੈਠਾ ਤੇ ਉਹ ਪੀਰਾਂ ਦਾ ਪੀਰ ਆ, ਪੀਰਾਂ ਦੇ ਪੀਰ ਆ ਗਏ ਤੇ ਪੀਰ ਸਾਹਿਬ ਆਖਿਆ ਆਪਣੇ ਮੁਰੀਦ ਨੂੰ, ਮੇਰੇ ਮੁਰਸ਼ਿਦ ਆ ਗਏ ਤੇ ਉਹਨਾਂ ਵੇਖਿਆ ਨਾ, ਵੇਖਿਆ ਨਾ, ਵੇਖਿਆ ਨਾ, ਵੇਖਿਆ ਨਾ, ਪੀਰ ਪਠਾਨ ਦੀ ਗੱਚਾ ਰਹੀ ਆ ਤੇ ਪੀਰ ਸਿਆਲ ਬੈਠਿਆ, ਕਿਆ ਕਹਿੰਦੇ, ਉਹਨਾਂ ਵੇਖਿਆ ਨਾ, ਜੀ ਜੀ, ਤੇ ਉਹ ਬਾਰ ਬਾਰ ਆਖਿਆ ਮੇਰੇ ਮੁਰਸ਼ਿਦ ਆ, ਤੇ ਉਹ ਮੁਰਸ਼ਿਦ ਨਾ ਪੁੱਛ ਲਿਆ ਵੀ ਇਹ ਕੌਣ ਹੈ, ਤੇ ਉਹਨਾਂ ਤਾਰਫ ਕਰਵਾਇਆ ਤੇ ਉਹਨਾਂ ਆਖਿਆ ਵੀ ਹੈ ਤੇ ਇੱਕੋ ਪਰ ਕੰਮ ਦਾ, ਤੇ ਤੁਸੀਂ ਕਿੱਥੇ ਪਵੇਦੇ ਹੋ। ਮੈਂ ਬਜ਼ੁਰਗਾਂ ਕੋਲ ਸੁਣਿਆ ਕਿ ਜਿਹੜਾ ਸਾਹਿਬ ਸਦਰ ਹੋਵੇ, ਜਿਹਦੀ ਸਦਾਰਤ ਹੋਵੇ ਮਹਿਫਿਲ ਵਿੱਚ, ਸਾਰਾ ਕੁਝ ਉਹਦੇ ਵਿੱਚ ਹੁੰਦਾ, ਠੀਕ ਹੈ, ਤੁਸੀਂ ਸਟੇਜ ਤੇ ਲੱਭੋ ਜੋ ਲੱਭਣਾ, ਗੌਰ ਕਰੋ ਜ਼ਰਾ, ਬੁੱਲੇ ਫਿਰਦੇ ਹੋ, ਤਵਜੋ ਕਰੋ, ਕਈ ਆਪਣਾ ਤਨ ਮਨ ਮਾਰ ਕੇ ਫੈਸਲਾ ਕਰਨਾ, ਕਈਆਂ ਮੁਖੜਾ ਤੱਕਣਾ ਹੈ ਰਾਜ ਰਾਜ ਕੇ, ਕਈ ਕਈ ਤਰਸਾ ਸਰਕਾਰ ਦੀਆਂ ਆਮਦ ਘਰ ਬਾਰ ਸਜਾ। ਮੈਂ ਇੱਕ ਸ਼ੇਰ ਦੇ ਰਿਹਾ, ਬੜਾ ਲੂਡਾ ਜਿਹਾ ਸ਼ੇਰ ਹੈ, ਤੇ ਮੈਂ ਤੁਹਾਡੇ ਹਵਾਲੇ ਕਰਨਾ ਵਾਸਤੇ ਫਿਰ ਆਖਰੀ ਸ਼ੇਰ ਮਕਤਾ ਪੇਸ਼ ਕਰ ਦੇਣਾ। ਹਜ਼ਰਤ ਤਵਜੋ ਕਰੋ, ਲਾਏ ਆਏ ਸ਼ਾਨ ਨਿਰਾਲੀ ਉਹ ਤਾਂ ਕੋਨੈਨ ਦੇਵਾਲੀ ਇਹਦੇ ਬਚੜਿਆਂ ਦੇ ਵੀ ਕੁਦਸੀਆਂ ਤੋਂ ਝੂਲੇ ਝੁਲਵਾਏ ਇਹਦੇ ਬਚੜਿਆਂ ਦੇਵੀ ਕੁਦਸੀਆਂ ਤੋਂ ਝੂਲੇ ਝੁਲਵਾਏ। ਮਰਜ਼ੀ ਨਾਲ ਬੋਲਿਆ, ਮਰਜ਼ੀ ਨਾਲ ਭਾਈ, ਕਿਆ ਕਹਿਣਾ, ਕਿਆ ਕਹਿਣਾ, ਕਿਆ ਕਹਿਣਾ, ਕਿਆ ਕਹਿਣਾ, ਮੈਂ ਕੋਸ਼ਿਸ਼ ਤਾਂ ਹੁਆ ਕਰਨ ਦਾ ਬੈਠਾ। ਅੱਛਾ ਜੀ, ਆਖਰੀ ਸ਼ਹਿਰ ਜਲਦੀ ਜਲਦੀ ਕੰਮ ਕਰੀਏ, ਸੁਣੋ ਸੁਣੋ ਸੁਣੋ, ਉੱਤੋਂ ਬੇਸ਼ੱਕ ਸ਼ੱਕ ਸ਼ੱਕ ਸ਼ਬਸ਼ੇਰੀ ਚੋਲਾਏ
ਖਾਲਿਕ ਨੇ ਰੱਖਿਆ ਵਿੱਚ ਹਸ਼ਰ ਦੇ ਤਾਬਿਸ਼ ਵੇਖ ਲਵੀ ਇਹਦੇ ਨਾਲ ਉਠਾਏ ਜਿਹਦਾ ਹੱਥ ਉੱਚਾ ਹੋਇਆ ਲੱਗ ਰਿਹਾ ਇਹਦਾ ਹੱਥ ਕਦੀ ਕਿਸੇ ਦਾ ਮਹਤਾਜ ਦਾ ਹੱਥ ਉਠਾ ਕੇ ਵਿੱਚ ਹਸ਼ਰ ਦੇ ਤਾਬਿਸ਼ ਵੇਖ ਲਵੀ ਇਹਦੇ ਨਾਲ ਉਠਾਏ